ਪਟਿਆਲਾ ਦੇ ਪਦੌੜ ਚ ਕਬਾੜ ਦੀ ਦੁਕਾਨ ਚ ਅੱਗ, ਅਸਮਾਨ ਤੱਕ ਉੱਠਿਆ ਕਾਲਾ ਧੂੰਆਂ, ਖੇਚ ਨਾੜ ਨੂੰ ਲਾਈ ਅੱਗ ਦੀ ਲਪੇਟ ਚ ਆਈ ਦੁਕਾਨ। ਅੰਬਾਲਾ ਚ ਇਥਾਨੋਲ ਪਲਾਂਟ ਚ ਲੱਗੀ ਭਿਆਨਕ ਅੱਗ, ਦੋ ਵੱਡੇ ਵੱਡੇ ਟੈਂਕਾਂ ਚ ਹੋਏ ਕਈ ਧਮਾਕੇ। ਫਾਇਰ ਬ੍ਰਿਗੇਡ ਦੀਆਂ 12 ਗੱਡੀਆਂ ਨੇ ਮਸ਼ਕਤ ਦੇ ਨਾਲ ਅੱਗ ਤੇ ਪਾਇਆ ਕਾਬੂ। ਕਾਂਗਰਸ ਵਿਧਾਇਕ ਪ੍ਰਗਟ ਦੀ ਭਵਿੱਖਬਾਣੀ, ਕਿਹਾ ਪੰਜਾਬ 7 ਤੋਂ 8 ਸੀਟਾਂ ਜਿੱਤੇਗੀ ਪਾਰਟੀ। 13 ਸੀਟਾਂ ਤੇ ਸਵਾਲ ਤੇ ਬੋਲੇ, ਜੋ ਲੱਗ ਰਿਹਾ ਉਹੀ ਬੋਲਣਾ ਚਾਹੀਦਾ। ਰਾਜਾ ਵੜਿੰਗ ਨੇ ਲੁਧਿਆਣਾ ਚ ਕੀਤਾ ਚੋਣ ਪ੍ਰਚਾਰ ਦਾ ਆਗਾਜ਼, ਸਮਰਥਕਾਂ ਵੱਲੋਂ ਜ਼ੋਰਦਾਰ ਸਵਾਗਤ। ਵੜਿੰਗ ਬੋਲੇ, ਪੰਜਾਬ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੇਗੀ ਕਾਂਗਰਸ। ਸੁਖਬੀਰ ਸਿੰਘ ਬਾਦਲ ਨੇ ਫਤਿਹਗੜ੍ਹ ਸੀਟ ਤੇ ਪਕਾਇਆ ਪ੍ਰਚਾਰ, ਖੰਨਾ ਚ ਕਰ ਰਹੇ ਪੰਜਾਬ ਬਚਾਓ ਯਾਤਰਾ। ਪਾਰਟੀ ਕੈਂਡੀਡੇਟ ਬਿਕਰਮਜੀਤ ਸਿੰਘ ਖਾਲਸਾ ਲਈ ਮੰਗ ਰਹੇ ਵੋਟਾਂ। ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਟ ਪ੍ਰਧਾਨ ਸੁਰਜੀਤ ਸਿੰਘ ਅਬਲੋਵਾਲ ਆਪ ਚ ਹੋਏ ਸ਼ਾਮਲ। ਸੀਐਮ ਭਗਵੰਤ ਮਾਨ ਨੇ ਪਾਰਟੀ ਚ ਕੀਤਾ ਸਵਾਗਤ। ਜਗਰਾਓ ਨਗਰ ਕੌਂਸਲ ਦੇ ਕਾਰਜਕਾਰੀ ਪ੍ਰਧਾਨ ਅਮਰਜੀਤ ਸਿੰਘ ਮਾਲਵਾ ਵੀ ਆਪ ਚ ਸ਼ਾਮਲ। ਪ੍ਰਧਾਨ ਮੰਤਰੀ ਮੋਦੀ ਦਾ ਰਾਹੁਲ ਗਾਂਧੀ ਤੇ ਤਿੱਖਾ ਨਿਸ਼ਾਨਾ, ਬੋਲੇ ਪਾਕਿਸਤਾਨ ਅਤੇ ਕਾਂਗਰਸ ਦੀ ਪਾਰਟਨਰਸ਼ਿਪ ਹੋਈ ਐਕਸਪੋਜ਼, ਸ਼ਹਿਜ਼ਾਦੇ ਨੂੰ ਪੀਐਮ ਬਣਾਉਣ ਲਈ ਬੇਤਾਬ ਹੈ ਪਾਕਿਸਤਾਨ। ਅਮੇਠੀ ਅਤੇ ਰਾਏਬਰੇਲੀ ਨੂੰ ਲੈ ਕੇ ਅੱਜ ਸ਼ਾਮ ਤੱਕ ਖਤਮ ਹੋ ਸਕਦਾ ਹੈ ਸਸਪੈਂਸ। ਸੂਤਰਾਂ ਮੁਤਾਬਿਕ ਅਮੇਠੀ ਤੋਂ ਰਾਹੁਲ ਅਤੇ ਰਾਏਬਰੇਲੀ ਤੋਂ ਪ੍ਰਿਯੰਕਾ ਗਾਂਧੀ ਲੜਨਗੇ ਚੋਣ, ਕੱਲ੍ਹ ਭਰ ਸਕਦੇ ਨੇ ਨੋਮੀਨੇਸ਼ਨ ਪੇਪਰ। ਪ੍ਰਤਿਭਾ ਸਿੰਘ ਨੇ ਕੰਗਨਾ ਰਣੌਤ ਨੂੰ ਕਿਹਾ ਹਸੀਨ ਪਰੀ, ਬੋਲੇ ਹਸੀਨ ਪਰੀ ਨੂੰ ਦੇਖਣ ਲਈ ਜਾ ਰਹੇ ਨੇ ਲੋਕ, ਪਰ ਵੋਟ ਤਬਦੀਲ ਨਹੀਂ ਹੁੰਦੀ ਅਪੀਲ। ਕੈਬਨਿਟ ਮੰਤਰੀ ਗੁਰਮੀਤ ਖੁੱਡੀਆਂ ਤੋਂ ਮਹਿਲਾ ਨੇ ਕੀਤੀ ਅਫੀਮ ਦੀ ਖੇਤੀ ਦੀ ਇਜਾਜ਼ਤ ਦੇਣ ਦੀ ਮੰਗ, ਕਿਹਾ ਨਸ਼ੇ ਲਈ ਰੋਜ਼ ਪੈਸੇ ਮੰਗਦਾ ਹੈ ਬੇਟਾ, ਚਿੱਟਾ ਛੱਡਣ ਲਈ ਕੁਝ ਤਾਂ ਚਾਹੀਦਾ ਹੈ, ਪਰ ਖੁੱਡੀਆਂ ਬੋਲੇ ਇਸ ਤਰ੍ਹਾਂ ਨਹੀਂ ਦੇ ਸਕਦੇ ਇਜਾਜ਼ਤ। ਯੂਐਸ ਪੁਲਿਸ ਨੇ ਗੋਲਡੀ ਬਰਾੜ ਦੇ ਕਤਲ ਦੀਆਂ ਖਬਰਾਂ ਦਾ ਕੀਤਾ ਖੰਡਨ, ਕਿਹਾ ਇਹ ਗਲਤ ਅਤੇ ਗੁੰਮਰਾਹਕੁੰਨ ਜਾਣਕਾਰੀ। ਕੈਲੀਫੋਰਨੀਆ ਫਾਇਰਿੰਗ ਚ ਮਾਰਿਆ ਗਿਆ ਸ਼ਖਸ ਨਹੀਂ ਹੈ ਗੋਲਡੀ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸਰਬਜੋਤ ਕੌਰ, ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਬੁਲਟਨ ਦੀ ਸ਼ੁਰੂਆਤ ਕਰਾਂਗੇ ਤੇ ਗੱਲ ਕਰਾਂਗੇ ਬਰਨਾਲਾ ਦੀ। ਬਰਨਾਲਾ ਦੇ ਪਦੌੜ ਚ ਕਬਾੜ ਦੀ ਦੁਕਾਨ ਨੂੰ ਭਿਆਨਕ ਅੱਗ ਲੱਗੀ ਹੈ ਤੇ ਅਸਮਾਨ ਤੱਕ ਉੱਚਾ ਉੱਚਾ ਕਾਲਾ ਧੂੰਆਂ ਉੱਠਦਾ ਹੋਇਆ ਵਿਖਾਈ ਦੇ ਰਿਹਾ। ਲੱਖਾਂ ਦੇ ਨੁਕਸਾਨ ਦਾ ਖਦਸ਼ਾ ਜਤਾਇਆ ਜਾ ਰਿਹਾ। ਨਾਲ ਹੀ ਲੱਗਦੇ ਖੇਤੋਂ ਦੁਕਾਨ ਚ ਵੀ ਅੱਗ ਫੈਲ ਗਈ। ਦਸ ਖੇਤ ਚ ਦਰਸਰ ਇੱਕ ਕਿਸਾਨ ਦੇ ਵੱਲੋਂ ਨਾੜ ਨੂੰ ਅੱਗ ਲਗਾਈ ਹੋਈ ਸੀ ਤੇ ਅੱਗ ਦੀ ਚਪੇਟ ਚ ਆ ਦੁਕਾਨ ਵੀ ਆ ਗਈ। ਕਬਾੜ ਸਟੋਰ ਚ ਖੜੀਆਂ ਗੱਡੀਆਂ ਵੀ ਅੱਗ ਦੀ ਚਪੇਟ ਚ ਆ ਗਿਆ ਤੇ ਕਾਫੀ ਕਹਿ ਸਕਦੇ ਹਾਂ ਕਿ ਵੱਡਾ ਨੁਕਸਾਨ ਹੋਇਆ ਹੈ। ਫਾਇਰ ਬ੍ਰਿਗੇਡ ਨੇ ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਤੇ ਕਾਬੂ ਪਾ ਲਿਆ ਤੇ ਬਰਨਾਲਾ ਦੇ ਪਦੌੜ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ। ਵੇਖਿਆ ਜਾ ਸਕਦਾ ਕਿ ਸਥਾਨਕ ਲੋਕ ਵੱਡੀ ਤਾਦਾਦ ਚ ਉੱਥੇ ਮੌਜੂਦ ਨੇ। ਉੱਚਾ ਉੱਚਾ ਕਾਲਾ ਧੂੰਆਂ ਉੱਡਾ ਹੋਇਆ ਵਿਖਾਈ ਦੇ ਰਿਹਾ ਹੈ। ਆ ਅਸਮਾਨ ਤੱਕ ਉੱਚਾ ਉੱਠਾ ਜੋ ਧੂੰਆਂ ਹੈ ਵਿਖਾਈ ਦੇ ਰਿਹਾ ਹੈ। ਲੱਖਾਂ ਦੇ ਨੁਕਸਾਨ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਨਾਲ ਲੱਗਦੇ ਖੇਤੋਂ ਜੋ ਅੱਗ ਹੈ ਉਹ ਦੁਕਾਨ ਚ ਵੀ ਫੈਲ ਗਈ। ਖੇਤ ਦਰਅਸਲ ਇੱਕ ਕਿਸਾਨ ਦੇ ਵੱਲੋਂ ਨਾੜ ਨੂੰ ਅੱਗ ਲਗਾਈ ਹੋਈ ਸੀਗੀ। ਦੱਸ ਦੇ ਕਿ ਵਾਢੀ ਦਾ ਸੀਜ਼ਨ ਚੱਲ ਰਿਹਾ ਹੈ, ਕਣਕ ਦੀ ਵਾਢੀ ਕਿਸਾਨ ਦੇ ਵੱਲੋਂ ਕੀਤੀ ਜਾ ਰਹੀ ਹੈ। ਰਹਿਣ ਖੂਨ ਨੂੰ ਨਸ਼ਟ ਕਰਨ ਲਈ ਅਕਸਰ ਜੋ ਕਿਸਾਨ ਨੇ ਉਹ ਨਾੜ ਨੂੰ ਅੱਗ ਲਗਾ ਦਿੱਤੀ। ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ। ਵੇਖਿਆ ਜਾ ਸਕਦਾ ਹੈ ਕਿ ਜੋ ਮੌਕੇ ਤੇ ਉੱਥੇ ਗੱਡੀਆਂ ਮੌਜੂਦ ਸੀਗੀਆਂ ਉਸਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਹੈ। ਹਾਲਾਂਕਿ ਫਾਇਰ ਬ੍ਰਿਗੇਡ ਨੇ ਅੱਗ ਤੇ ਕਾਬੂ ਪਾ ਲਿਆ ਹੈ, ਪਰ ਆ ਜਾਂਚ ਦਾ ਵਿਸ਼ਾ ਹੈ। ਹਾਲਾਂਕਿ ਅੱਜ ਕਿੰਨਾ ਨੁਕਸਾਨ ਹੋਇਆ ਹੈ, ਕੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ, ਕਿਉਂਕਿ ਗੋਡਾਊਨ ਦੇ ਅੰਦਰ ਅੱਗ ਲੱਗੀ ਸੀਗੀ। ਗੋਡਾਊਨ ਦੇ ਅੰਦਰ ਕਿੰਨੇ ਜੋ ਲੋਕ ਸੀਗੇ ਉਹ ਉੱਥੇ ਮੌਜੂਦ ਸੀਗੇ। ਲੱਖਾਂ ਦੇ ਨੁਕਸਾਨ ਦਾ ਹਾਲਾਂਕਿ ਖਦਸ਼ਾ ਜੋ ਹੈ ਉਹ ਜਤਾਇਆ ਗਿਆ ਤੇ ਬਰਨਾਲਾ ਦੇ ਪਦੌੜ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ। ਸਥਾਨਕ ਲੋਕ ਵੱਡੀ ਤਾਦਾਦ ਚ ਉੱਥੇ ਮੌਜੂਦ ਨੇ। ਇਸ ਵਿਚਾਲੇ ਖੇਤ ਵੀ ਵੇਖਿਆ ਜਾ ਸਕਦਾ ਹੈ ਜਿੱਥੇ ਕਿ ਨਾੜ ਨੂੰ ਅੱਗ ਕਿਸਾਨ ਦੇ ਵੱਲੋਂ ਲਗਾਈ ਗਈ ਸੀਗੀ। ਕਣਕ ਦੀ ਰਹਿਣ ਖੂਨ ਨੂੰ ਨਸ਼ਟ ਕਰਨ ਲਈ ਅੱਗ ਕਿਸਾਨ ਦੇ ਵੱਲੋਂ ਲਗਾਈ ਗਈ ਸੀਗੀ। ਵੇਖਦੇ ਹੀ ਵੇਖਦੇ ਅੱਜ ਅੱਗ ਹੈ ਜੋ ਨਾਲ ਗੋਡਾਊਨ ਸੀਗਾ, ਗੋਦਾਮ ਸੀਗਾ, ਉੱਥੇ ਫੈਲ ਗਈ। ਉਸ ਤੋਂ ਬਾਅਦ ਇੱਕ ਦੁਕਾਨ ਵੀ ਇਸ ਦੀ ਚਪੇਟ ਚ ਆ ਗਈ ਤੇ ਮੌਕੇ ਤੇ ਜੋ ਗੱਡੀਆਂ ਉੱਥੇ ਮੌਜੂਦ ਸੀਗੀਆਂ
ਉਹ ਵੀ ਉਸਦੀਆਂ ਚਪੇਟ ਆ ਗਏ ਨੇ। ਦੇਖਿਆ ਜਾ ਸਕਦਾ ਹੈ ਕਿ ਐਂਬੂਲੈਂਸ ਵੀ ਮੌਕੇ ਤੇ ਮੌਜੂਦ ਹੈ, ਜੋ ਗੱਡੀਆਂ ਕਈ ਉੱਥੇ ਵੱਡੀ ਤਾਦਾਦ 'ਚ ਮੌਜੂਦ ਨੇ, ਉਹ ਵੀ ਜੋ ਹੈ ਨੁਕਸਾਨੀਆਂ। ਉਹ ਜਿਹੜਾ ਕਣਕ ਦੇ ਨਾੜ ਜਿਉਂਦੇ ਉਹਨੂੰ ਅੱਗ ਲਾਈ ਸੀਗੀ ਜੀ, ਅਸੀਂ ਉਹਨਾਂ ਨੂੰ ਰੋਕਿਆ ਬਹੁਤ ਆ ਵੀ ਨਾ ਲਾਓ ਨਾ ਲਾਓ, ਉਹਨਾਂ ਨੇ ਫਿਰ ਵੀ ਜੀ ਧੱਕੇ ਨਾਲ ਲਾਈ ਆ। ਉਹ ਟਾਈਮ ਇਹ ਅੱਗ ਚੱਲਦੀ ਰਹੀ ਇੱਥੇ ਅੰਦਰ, ਇਹਦਾ ਜੀ ਘੰਟਾ ਡੇਢ ਘੰਟਾ ਚੱਲਦੀ ਰਹੀ ਹੈ ਜੀ, ਮਸਾਂ ਗੱਡੀਆਂ ਨਾਲ ਅਸੀਂ ਤਾਂ ਵਜਾਈ ਹੈ ਜੀ। ਹਾਂ ਸਹੀ ਗੱਲ, ਧਮਾਕੇ ਹੁੰਦੇ ਰਹੇ ਅੰਦਰ, ਕਿਸ ਚੀਜ਼ ਦੀ ਸੀਗੀ ਜੀ ਇੱਥੇ? ਇਹ ਨਾ ਜੀ ਵਿੱਚੋਂ ਹੁੰਦੇ ਸੀਗੇ ਜਿਵੇਂ ਵਿੱਚ ਸਮਾਨ ਆ ਗੱਡੀਆਂ ਦਾ ਜੀ, ਉਹਨਾਂ ਦੀ ਹੋਈ ਜੀ। ਹਾਂ ਬੈਠ, ਕਿੰਨਾ ਟਾਈਮ ਅੱਗ ਚੱਲੀ ਹੈ ਜੀ? 2 ਘੰਟੇ ਚੱਲ ਗਈ ਜੀ। ਜਿਹੜਾ ਮੇਰਾ ਨੁਕਸਾਨ ਹੋਇਆ ਜੀ, ਮੈਂ ਤਾਂ ਪਹਿਲਾਂ ਹੀ, ਮੇਰੇ 7-8 ਮਹੀਨੇ ਪਹਿਲਾਂ ਅੱਗ ਲੱਗ ਗਈ ਜੀ, ਉਹੀ ਮੇਰਾ 55-57 ਲੱਖ ਦਾ ਨੁਕਸਾਨ ਹੋਇਆ ਸੀਗਾ ਜੀ। ਮੈਂ ਤਾਂ ਪਹਿਲਾਂ ਵਾਲਾ ਰਾਸ ਨੀ ਆਇਆ ਜੀ, ਮੰਜਿਆ ਜੀ, ਆ ਹੋਰ ਦੁਬਾਰੇ ਕੰਮ ਖੜਾ ਹੋ ਗਿਆ। 2 ਘੰਟੇ ਪਹਿਲਾਂ ਇੱਥੇ ਨਾੜ ਨੂੰ ਅੱਗ ਲਾਈ ਸੀ ਇੱਧਰ, ਆਪਣੇ ਨਹਿਰੂ ਨੇ ਬੰਦੇ ਨੇ ਉਹਦੇ ਨੇ ਅੱਗ, ਇਹਨਾਂ ਨੇ ਬਾਵਜੂਦ ਮਨਾ ਕਰਨ ਦੇ ਬਾਵਜੂਦ ਅਸੀਂ ਇੱਥੇ ਖੜੇ ਸੀ ਉਦੋਂ, ਤੇ ਮੈਂ ਜਗ੍ਹਾ ਦਾ ਮਾਲਕ ਹੀ, ਮੇਰਾ ਇਹਨੂੰ ਕਿਰਾਏ 'ਤੇ ਦਿੱਤਾ ਵਾ, ਮੈਂ ਤੋਂ ਰੈਂਟ ਲੈਣ ਆਇਆ ਸੀ। ਮੈਂ ਆਪਦੇ ਅੱਖੀਂ ਦੇਖਿਆ ਬੰਦਾ ਉੱਧਰ ਨੂੰ ਭੱਜ ਗਿਆ ਅੱਗ ਲਾ ਕੇ, ਉਹਨੂੰ ਬਹੁਤ ਆਵਾਜ਼ਾਂ ਮਾਰੀਆਂ ਸੀ ਸਾਡੇ, ਐਂ ਦੇਹਦੇ ਦੇਹਦੇ ਤਾਂ ਅੱਗ ਚੜ ਗਈ ਜੀ। ਉਦੋਂ ਬਾਅਦ ਹੁਣ ਤੁਹਾਡੇ ਸਾਹਮਣੇ ਆ ਨਾ ਖਾਣ ਤਾਂ ਜੀ, ਇਹਦਾ ਗਰੀਬ ਬੰਦਾ, ਇਹਨੂੰ ਮਾਰ ਮਿਲਣਾ ਚਾਹੀਦਾ। ਕਿਵੇਂ ਕਿਵੇਂ ਫਿਰ ਇਹਦੇ ਕਾਬੂ ਪਾਇਆ? ਕਾਬੂ ਤਾਂ ਜੀ ਇਹ ਬਸ ਇੱਕ ਪਾਣੀ ਵਾਲੀ, ਵਾਲੀਆਂ ਗੱਡੀਆਂ ਲਿਆ, 5-6 ਤਾਂ ਉਹ ਲੱਗ ਗਈਆਂ ਜੀ, ਬਾਕੀ ਟਰੈਕਟਰ ਵਾਲੀ ਟੈਂਕੀ ਉਹ ਉਹਨੇ ਬਹੁਤ ਹੈਲਪ ਕਰੀ ਵਿਚਾਰੇ ਨੇ, ਉਹ ਹਜੇ ਵੀ ਲੱਗੇ ਪਏ ਆ ਜੀ। ਅੱਗੇ ਵਧਣ ਤੇ ਗੱਲ ਕਰਾਂਗੇ ਪਟਿਆਲਾ ਦੀ। ਪਟਿਆਲਾ 'ਚ ਸੜਕ ਕਿਨਾਰੇ ਰੁੱਖਾਂ ਨੂੰ ਭਿਆਨਕ ਅੱਗ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਦਰਅਸਲ ਰੁੱਖਾਂ ਹੇਠਾਂ ਪਈ ਸੁੱਕੀ ਘਾਹ ਕਰਕੇ ਆਗ ਫੈਲ ਗਈ ਤੇ ਧੂੰਏ ਕਰਕੇ ਸੜਕ ਤੋਂ ਲੰਘਣ ਵਾਲਿਆਂ ਨੂੰ ਖਾਸੀ ਪਰੇਸ਼ਾਨੀ ਹੋਈ। ਫਾਇਰ ਬ੍ਰਿਗੇਡ ਜਾਂ ਪ੍ਰਸ਼ਾਸਨ ਦੇ ਵੱਲੋਂ ਕੋਈ ਐਕਸ਼ਨ ਨਹੀਂ ਲਿਆ ਗਿਆ। ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਦੇਖਿਆ ਜਾ ਸਕਦਾ ਹੈ ਕਿ ਰੁੱਖਾਂ ਨੂੰ ਅੱਗ ਲੱਗੀ ਹੋਈ ਹੈ ਤੇ ਰੁੱਖਾਂ ਹੇਠੇ ਪਈ ਸੁੱਕੀ ਘਾਹ ਕਰਕੇ ਅੱਗ ਤਕਰੀਬਨ ਫੈਲ ਗਈ। ਧੂੰਏ ਕਰਕੇ ਸੜਕ ਤੋਂ ਲੰਘਣ ਵਾਲੀ ਜੋ ਗੱਡੀਆਂ ਸੀਗੀਆਂ, ਜੋ ਆ ਜਾ ਰਹੀਆਂ ਸੀਗੀਆਂ, ਉਸਨੂੰ ਕਾਫੀ ਪ੍ਰੋਬਲਮ ਹੋਈ। ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਵੇਖਿਆ ਜਾ ਸਕਦਾ ਕਿ ਸੜਕ ਨਜ਼ਰ ਆ ਰਹੀ ਹੈ, ਧੂੰਏ ਕਰਕੇ ਜ਼ਾਹਰ ਜੀ ਗੱਲ ਹੈ ਕਿ ਜੋ ਵਿਜ਼ੀਬਿਲਟੀ ਹੈ ਉਹ ਕਾਫੀ ਘੱਟ ਹੋ ਜਾਂਦੀ ਹੈ। ਹਾਲਾਂਕਿ ਕੋਈ ਜੋ ਹਾਦਸਾ ਵੀ ਹੈ ਉਹ ਵਾਪਰ ਸਕਦਾ ਸੀਗਾ, ਪਰ ਫਾਇਰ ਬ੍ਰਿਗੇਡ ਜਾਂ ਪ੍ਰਸ਼ਾਸਨ ਦੇ ਵੱਲੋਂ ਕੋਈ ਐਕਸ਼ਨ ਨਹੀਂ ਲਿਆ। ਅੰਬਾਲਾ 'ਚ ਇਥਨੋਲ ਪਲਾਂਟ 'ਚ ਭਿਆਨਕ ਅੱਗ ਲੱਗੀ ਹੈ। ਦੱਸ ਕੇ ਪਿੰਡ ਜਟਵਾੜ 'ਚ ਇਥਨੋਲ ਪਲਾਂਟ ਨੂੰ ਅੱਗ ਲੱਗੀ ਦੱਸੀ ਜਾ ਰਹੀ ਹੈ। ਅੱਗ ਲੱਗਣ ਦੇ ਕਾਰਨ ਪਲਾਂਟ 'ਚ ਕਈ ਧਮਾਕੇ ਵੀ ਹੋਏ। ਅਸਮਾਨ ਤੱਕ ਉੱਠੀਆਂ ਅੱਗ ਦੀਆਂ ਚਾਟਾਂ ਲਟਕਾ ਤੇ ਕਾਫੀ ਚੱਕਰ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ। ਦੱਸ ਫਾਇਰ ਬ੍ਰਿਗੇਡ ਦੀਆਂ 12 ਤੋਂ ਵੱਧ ਗੱਡੀਆਂ ਨੇ ਅੱਗ ਤੇ ਕਾਬੂ ਪਾਇਆ। ਤਸਵੀਰਾਂ ਮੌਕੇ ਦੇ ਸਾਹਮਣੇ ਆਈਆਂ ਨੇ, ਅੰਬਾਲਾ ਦੀਆਂ ਤਸਵੀਰਾਂ ਦੇਖੀਆਂ ਜਾ ਸਕਦੀਆਂ ਨੇ। ਪਿੰਡ ਜਟਵਾੜ 'ਚ ਇਥਨੋਲ ਪਲਾਂਟ ਨੂੰ ਭਿਆਨਕ ਅੱਗ ਲੱਗੀ, ਉੱਚੀਆਂ ਉੱਚੀਆਂ ਅੱਗ ਦੀਆਂ ਲਪਟਾਂ ਵੇਖੀਆਂ ਜਾ ਸਕਦੀਆਂ ਨੇ। ਅਸਮਾਨ ਤੱਕ ਕਾਲਾ ਧੂੰਆਂ ਉੱਡਦਾ ਹੋਇਆ ਵੀ ਦੇਖਿਆ ਜਾ ਸਕਦਾ। ਹਾਲਾਂਕਿ ਅੱਗ ਲੱਗਣ ਕਾਰਨ ਪਲਾਂਟ 'ਚ ਕਈ ਧਮਾਕੇ ਵੀ ਹੋਏ। ਅਸਮਾਨ ਤੱਕ ਜੋ ਅੱਗ ਦੀਆਂ ਲਪਟਾਂ ਉੱਠਦੀਆਂ ਹੋਈਆਂ ਵੇਖੀਆਂ ਜਾ ਸਕਦੀਆਂ ਨੇ। ਕਾਫੀ ਮਸ਼ਕਤ ਦੇ ਨਾਲ ਅੱਗ ਤੇ ਕਾਬੂ ਪਾਇਆ ਗਿਆ। 10 ਫਾਇਰ ਬ੍ਰਿਗੇਡ ਦੀਆਂ 12 ਤੋਂ ਵੱਧ ਗੱਡੀਆਂ ਨੇ ਅੱਗ ਤੇ ਕਾਬੂ ਪਾਇਆ। ਫਾਇਰ ਆਫੀਸਰ ਹੈ, ਉਸਨੇ ਮੇਰੇ ਕੋ ਸੂਚਨਾ ਦੀ ਗਈ, ਇਥਨੋਲ ਕੇ ਪਲਾਂਟ ਮੇ ਜੋ ਹੈ, ਇਥਨੋਲ ਕੇ ਟੈਂਕੋ ਮੇ ਅੱਗ ਲੱਗ ਗਈ ਹੈ। ਤੋ ਹਮਨੇ ਜੋ ਹੈ 3 ਗਾੜੀਆਂ ਅੰਬਾਲਾ ਸਿਟੀ ਸੇ, ਤੋ 2 ਗਾੜੀ ਨਰਾਇਣਗੜ੍ਹ ਸੇ, ਔਰ 3 ਗਾੜੀਆਂ ਜੋ ਹੈ ਅੰਬਾਲਾ ਸਦਰ ਸੇ ਬੁਲਾਈ ਹੈ, ਔਰ 1 ਗਾੜੀ ਅਲੀਪੁਰ ਬਰਵਾੜਾ ਪੰਚਕੂਲਾ ਸੇ ਬੁਲਾਈ ਹੈ। 2 ਘੰਟੇ ਸੇ ਕੜੀ ਮੁਸ਼ਕਤ ਕਰ ਰਹੇ ਹੈ ਆਗ ਬੁਝਾਣੇ ਕੇ ਲੀਏ, ਕਿਉਂਕਿ ਫੋਮ ਕੇ ਟੈਂਕ ਜ਼ਿਆਦਾ, ਇਹ ਜੋ ਇਥਨੋਲ ਕੇ ਟੈਂਕ ਹੈ ਇਹ ਉੱਚੇ ਹੈ ਕਾਫੀ, ਫੋਮ ਪ੍ਰੋਪਰ ਤਰੀਕੇ ਸੇ ਗਿਆ ਜਾ ਨਹੀਂ ਰਿਹਾ ਹੈ। ਧੀਰੇ ਧੀਰੇ ਜੋ ਹੈ ਆਸ ਪਾਸ ਕੇ ਟੈਂਕ ਵੀ ਬਚਾਣੇ ਹੈ,
और इस ये आग भी बुझानी है तो टाइम लगेगा, इसमें समय लगेगा अभी आग बुझाने में। आसपास भी कई टैंक हैं वो भरे हुए हैं एथनॉल से, खाली है क्या जानकारी? देखो ये तो कंपनी वाले ही बता सकते हैं भर रहे हैं या नहीं, हम तो भर मतलब जो फायर फाइटर है वो तो यही सोच रहे हैं अभी भरे हुए हैं एथनॉल होगा इनके अंदर। जिनमें आग लगी है वो कितने टैंक? ਹੁਣ ਗੱਲ ਕਰਾਂਗੇ ਸਿਟਿੰਗ ਐਮ ਪੀ ਹਰਸਿਮਰਤ ਕੌਰ ਬਾਦਲ ਦੀ, ਜਿਨ੍ਹਾਂ ਦੇ ਇੱਕ ਅੱਗੇ ਮਹਿਲਾ ਰੋ ਪਈ ਤੇ ਨਸ਼ੇ ਦਾ ਮੁੱਦਾ ਚੁੱਕਿਆ ਹੀ ਆ ਮਹਿਲਾ ਭਾਵੁਕ ਹੋ ਗਈ। ਮਹਿਲਾ ਨੇ ਕਿਹਾ ਕਿ ਉਸਦੇ ਦੋ ਬੇਟਿਆਂ ਦੀ ਨਸ਼ੇ ਕਰਕੇ ਮੌਤ ਹੋ ਚੁੱਕੀ ਹੈ, ਪੁਲਿਸ ਨਸ਼ਾ ਤਸਕਰਾਂ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕਰ ਰਹੀ। ਹਰਸਿਮਰਤ ਕੌਰ ਬਾਦਲ ਨੇ ਵੀ ਸਰਕਾਰ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ। ਦੱਸ ਕੇ ਬਠਿੰਡਾ ਦੇ ਪਿੰਡ ਫਰੀਦਕੋਟ ਕੋਟਲੀ ਪਹੁੰਚੇ ਸਨ ਹਰਸਿਮਰਤ ਕੌਰ ਬਾਦਲ, ਜਦੋਂ ਕਿ ਉਹਨਾਂ ਦੇ ਸਾਹਮਣੇ ਇੱਕ ਮਹਿਲਾ ਆਈ ਤੇ ਨਸ਼ੇ ਦਾ ਮੁੱਦਾ ਚੁੱਕਿਆ ਹੀ ਆ ਮਹਿਲਾ ਭਾਵੁਕ ਹੋ ਗਈ। ਮਹਿਲਾ ਨੇ ਕਿਹਾ ਕਿ ਉਸਦੇ ਦੋ ਬੇਟਿਆਂ ਦੀ ਨਸ਼ੇ ਕਰਕੇ ਮੌਤ ਹੋ ਚੁੱਕੀ ਹੈ। ਮਹਿਲਾ ਦਾ ਕਹਿਣਾ ਸੀਗਾ ਕਿ ਪੁਲਿਸ ਨਸ਼ਾ ਤਸਕਰਾਂ ਦੇ ਖਿਲਾਫ਼ ਕੋਈ ਵੀ ਕਾਰਵਾਈ ਨਹੀਂ ਕਰ ਰਹੀ, ਨਹੀਂ ਰੱਖਦੇ ਉਹਨਾਂ ਨੂੰ, ਨਾ ਉਹਨਾਂ ਦਾ ਨਸ਼ਾ, ਸਾਡਾ ਮੇਰਾ ਮੁੰਡਾ ਖਾਂਦਾ ਜੀ, ਉਹਨਾਂ ਨੂੰ ਲੈ ਵੀ ਜਾਂਦੀ ਪੁਲਿਸ, ਪਰ ਘੰਟੇ ਬਾਅਦ ਛੱਡ ਦਿੰਦੀ ਆ, ਨਹੀਂ ਰੱਖਦੇ ਉਹਨਾਂ ਨੂੰ, ਨਾ ਉਹਨਾਂ ਦਾ ਨਸ਼ਾ, ਸਾਡਾ ਮੇਰਾ ਮੁੰਡਾ ਖਾਂਦਾ ਜੀ। ਦੇਖੋ ਜੀ ਮੇਰਾ ਮੁੰਡਾ ਆਪ ਨਸ਼ੇ ਕਰਦਾ, ਮੇਰਾ ਮੁੰਡਾ ਵੀ ਕਰਦਾ, ਦੋ ਬੱਚੇ ਆ ਉਹਦੇ, ਗੋਲੀਆਂ ਖਾਂਦੇ, ਹਾਂਜੀ ਸਾਡੇ ਘਰ ਆ ਗੋਲੀ ਲੈ ਜਾਂਦੇ ਆ, ਘੰਟੇ ਬਾਅਦ ਹੀ ਮੋੜ ਦਿੰਦੇ ਆ ਉਹਨੂੰ, ਕੋਈ ਨੀ ਰੱਖਦਾ ਜੀ ਹੁਣ, ਐਮ ਐਲ ਏ ਸਾਹਿਬ ਨੂੰ ਦੱਸੋ, ਨਹੀਂ ਜੀ ਇੱਥੇ ਅਸੀਂ ਹੁਣ ਕਹਿ ਦਿੰਦੇ ਹਾਂ ਸਾਰਾ ਕੁਛ ਦੱਸਣਾ, ਠੀਕ ਹੈ, ਆਪਣੇ ਪੁਲਿਸ ਦਾ ਸਾਰੇ ਭੱਜ ਗਏ, ਕੋਈ ਨੀ ਇੱਥੇ, ਦੇਖੋ ਕਿੰਨੀ ਛੇਤੀ ਭੱਜ ਗਏ, ਸਾਰੇ ਰਲੇ ਹੋਏ ਨੇ, ਸਾਰੇ ਰਲੇ ਹੈ ਜੀ, ਜਦੋਂ ਕਣਕਾਂ ਰੱਖਦੇ ਨੇ ਉਹਨਾਂ ਨੂੰ ਕਰਾਂਗੇ ਸਰ, ਤੇ ਦੋ ਬੱਚੇ ਸੀ ਜਵਾਨ ਰਸਤੇ ਆਉਂਦੇ ਸੀ, ਇਹਨਾਂ ਦੇ ਬੱਚਿਆਂ ਨੂੰ ਬਹੁਤ ਜਵਾਨ ਸੀ, ਇਹਨਾਂ ਦੇ ਕਬੱਡੀ ਦਾ ਖਿਡਾਰੀ ਸੀ, ਤਰਸ ਕਰੇ ਪੰਜਾਬ ਦੀ ਮਾਵਾਂ ਦੇ ਉੱਤੇ, ਸਾਡੀ ਤਾਂ ਜੀ ਬਿਲਕੁਲੀਆਂ ਨੇ ਸਾਰੀ ਦੀਦੀਆਂ, ਰੋ ਰੋ ਕੇ ਬੁਰਹਾਲ ਤੁਰ ਗਏ ਇਹਨਾਂ ਦੇ ਨੌਜਵਾਨ ਪੁੱਤ, ਦੱਸਦੇ ਨੇ ਕਿ ਕੌਣ ਕਬੱਡੀ ਦੇ ਖਿਡਾਰੀ ਦੋਨੇ, ਦੱਸਦੇ ਨੇ ਸਾਰੇ ਇਹਨਾਂ ਦੇ ਬੱਚੇ ਵੀ ਕਰਦੇ ਨੇ, ਇਹ ਵੀ ਦੱਸਦੇ ਨੇ ਕੌਣ ਵੇਚ ਰਿਹਾ, ਛੋ ਬੱਚੇ ਸੀ ਖਿਡਾਰੀ ਸੀਗੇ ਕਬੱਡੀ ਦੇ, ਤੇ ਉਹਨਾਂ ਦੋਨਾਂ ਦੀ ਇਹਨਾਂ ਦੋਨਾਂ ਦੀ ਐ ਜਾਨ ਚੱਕ ਕੇ ਮੌਤ ਹੋ ਗਈ ਜੀ, ਟੀਕੇ ਵੀ ਲਾਉਂਦੇ ਆ ਗੋਲੀਆਂ ਖਾਂਦੇ ਆ, ਤੇ ਉਹ ਸਾਡੇ ਗੁਆਂਢ ਚ ਵੇਚਦਾ ਜੀ, ਉਹਨੂੰ ਪੁਲਿਸ ਵਾਲੇ ਲੈ ਜਾਂਦੇ ਚੱਕ ਕੇ, ਘੰਟਾ ਇੱਕ ਘੰਟਾ ਨੀ ਰੱਖਦੇ ਜੀ, ਘੰਟੇ ਬਾਅਦ ਹੀ ਛੱਡ ਦਿੰਦੇ ਉਹਨਾਂ ਨੂੰ, ਹਾਂਜੀ ਸਾਡੀ ਇੰਨੀ ਕੁ ਮਿਹਰਬਾਨੀ ਆ ਵੀ ਸਾਡੇ ਨਸ਼ੇ ਪਿੰਡ ਚੋਂ ਚਲੇ ਜਾਣ, ਪਿੰਡ ਪਿੰਡ ਛੇ ਪੰਜਾਬ ਦੇ ਕੋਨੇ ਕੋਨੇ ਛੇ ਆ ਮਾਵਾਂ ਰੋਂਦੀਆਂ ਨੇ, ਜਿਹੜਾ ਬਦਲਾਵ ਲਾਉਣ ਦੀ ਗੱਲ ਕਰਦੇ ਸੀਗੇ, ਹੱਥ ਬੰਨ ਕੇ ਬੇਨਤੀ ਹੈ ਇਹਨਾਂ ਦੇ ਅਥਰੂਆਂ ਦੇ ਉੱਤੇ ਤਰਸ ਕਰੋ, ਬਦਲ ਦਿਓ ਪੰਜਾਬ ਦੇ ਹਾਲਾਤ, ਦੱਸ ਗਾਰੰਟੀ ਦਿੱਤੀ ਸੀ ਨਸ਼ੇ ਖਤਮ ਕਰਨਗੇ, ਗੁੱਟਾ ਸਾਹਿਬ ਦੀ ਸੌਂਹ ਖਾਧੀਆਂ ਸੀਗੀਆਂ, ਸੁਣ ਲਓ ਇਹਨਾਂ ਦੋਵਾਂ ਝੂਠੀ ਪਾਰਟੀਆਂ ਨੇ ਕਿਹਾ 2500 ਕਰਾਂਗੇ, 7 ਸਾਲ ਚ ਮੈਨੂੰ ਇੱਕ ਬਜ਼ੁਰਗ ਦਿਖਾਓ ਜਿਨ੍ਹਾਂ ਨੂੰ ਇੱਕ ਮਹੀਨਾ ਵੀ 2500 ਆਇਆ, ਹੱਥ ਖੜਾ ਕਰਕੇ ਦੱਸੋ, ਕੋਈ ਨੀ ਆਇਆ, ਤੇ ਇਹ ਧੋਖਾ ਨੀ ਕੀਤਾ ਤਾਂ ਕੀ ਹੈ,
ਮਾਪਿਆਂ ਨਾਲ ਕੋਈ ਧੋਖਾ ਕਰਦਾ ਹੈ? ਇਹ ਬੇਈਮਾਨ ਬੰਦੇ ਕਰ ਸਕਦੇ ਨੇ ਕੁਰਸੀ ਦੀ ਖਾਤਰ। ਜੇ ਬਾਦਲ ਸਾਹਿਬ ਨੂੰ ਗਰੀਬਾਂ ਨੇ ਕਿਹਾ ਕਿ ਬਾਦਲ ਸਾਹਿਬ ਧੀ ਦਾ ਵਿਆਹ ਰੱਖੀ ਬੈਠੇ ਨੇ, ਪੈਸਿਆਂ ਦੀ ਘਾਟ ਹੈ, ਤਾਂ ਬਾਦਲ ਸਾਹਿਬ ਨੇ ਤਾਂ ਸਾਰੇ ਪੰਜਾਬ ਵਾਸਤੇ ਸ਼ਗਨ ਦੀ ਸਕੀਮ ਚਲਾਤੀ। ਜਿੱਥੇ ਗਰੀਬ ਬੈਠਾ ਸੀ ਧੀਆਂ ਦੇ ਵਿਆਹ 'ਚ ਚੈੱਕ ਆਉਂਦੇ ਸੀ, ਹੁਣ ਮੈਨੂੰ ਦੱਸੋ ਕਿਹਦਾ ਚੈੱਕ ਆਇਆ? ਹੱਥ ਖੜਾ ਕਰਕੇ ਦੱਸੋ ਜੇ ਕੋਈ ਚੈੱਕ ਆਉਂਦਾ। ਰੱਦ ਕਰਤਾ, ਬੰਦ ਕਰਤਾ। ਜੇ ਗਰੀਬਾਂ ਨੇ ਦੱਸਿਆ ਮਹਿੰਗਾਈ ਤੋਂ ਇੰਨੇ ਔਖੇ ਆ, ਹੁਣ ਤਾਂ ਬੱਚੇ ਭੁੱਖੇ ਮਰਦੇ ਨੇ। ਤੁਹਾਡੇ ਬਾਪੂ ਬਾਦਲ ਨੇ ਤਾਂ ਤੁਹਾਡੇ ਕਾਰਡ ਬਣਾਤੇ, ਲੱਖਾਂ ਦੀ ਗਿਣਤੀ 'ਚ ਕਾਰਡ ਬਣਾ ਕੇ 30 ਕਿਲੋ ਕਣਕ ਮਹੀਨੇ ਦੇ 30 ਦਿਨਾਂ 'ਚ ਤੁਹਾਡੇ ਘਰੇ ਰੋਟੀ ਪੱਕੇ ਦਿੰਦਾ। 30 ਕਿਲੋ ਜੇ ਉਸ ਖਜ਼ਾਨੇ ਤੋਂ ਬਾਦਲ ਸਾਹਿਬ ਦੇ ਸਕਦੇ ਸੀ, ਤੇ ਕਾਂਗਰਸੀਆਂ ਨੇ ਉਹ 30 ਕਿਲੋ ਨੂੰ ਕੱਟ ਕੇ ਪਹਿਲੇ 15 ਕਿਲੋ ਕੀਤਾ ਕਿ ਨਹੀਂ? ਵਾਅਦਾ ਕੀਤਾ ਸੀ ਵੋਟਾਂ ਵੇਲੇ ਤੁਹਾਡੀ ਕਣਕਾਂ ਕੱਟਾਂਗੇ, ਤੁਹਾਡੇ ਕਾਰਡ ਕੱਟਾਂਗੇ। ਕਾਰਡ ਵੀ ਕੱਟਤੇ, ਕਣਕ ਵੀ ਅੱਧੀ ਕਰਤੀ, ਬਾਕੀ ਬਾਜ਼ਾਰ 'ਚ ਵੇਚ ਕੇ ਗਰੀਬ ਦਾ ਅਨਾਜ ਮੋਟੇ ਪੈਸੇ ਕਮਾ ਗਿਆ ਮੰਤਰੀ, ਗਰੀਬਾਂ ਦੇ ਕਾਰਡ ਤੇ ਅਨਾਜ ਕੱਟਤਾ। ਤੇ ਆਹ ਝੂਠੀ ਬਦਲਾਵ ਜਿਹੜੀ ਲੈ ਕੇ ਆਈ ਰੰਗਲਾ ਪੰਜਾਬ, ਇੰਨਾ ਕਰਤਾ ਕਿ 30 ਕਿਲੋ ਕਣਕ ਨੂੰ ਕੱਟ ਕੇ 5 ਕਿਲੋ ਆਟਾ। ਇਸ ਵਿਚਾਲੇ ਕੈਬਨਿਟ ਮੰਤਰੀ ਗੁਰਮੀਤ ਖੁੱਡੀਆਂ ਤੋਂ ਮਹਿਲਾ ਦੇ ਵੱਲੋਂ ਮੰਗ ਕੀਤੀ ਗਈ ਕਿ ਪੰਜਾਬ 'ਚ ਕੋਸ ਦੀ ਖੇਤੀ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ ਗਈ। ਮਹਿਲਾ ਨੇ ਕਿਹਾ ਕਿ ਨਸ਼ੇ ਦੀ ਪੂਰਤੀ ਦੇ ਲਈ ਰੋਜ਼ ਪੈਸੇ ਮੰਗਦਾ ਹੈ ਬੇਟਾ, ਚਿੱਟੇ ਦਾ ਨਸ਼ਾ ਛੱਡਣ ਲਈ ਕੁਝ ਤਾਂ ਚਾਹੀਦਾ ਹੈ। ਇਸ ਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਸਰਕਾਰ ਨਸ਼ਾ ਖਤਮ ਕਰਨ ਲਈ ਵਚਨਬੱਧ ਹੈ, ਇਸ ਤਰ੍ਹਾਂ ਪੋਸਟ ਬੀਜਣ ਦੀ ਇਜਾਜ਼ਤ ਨਹੀਂ ਦੇ ਸਕਦੇ। ਗੁਰਮੀਤ ਖੁੱਡੀਆਂ ਦੱਸ ਕੇ ਬਠਿੰਡਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਅਤੇ ਪ੍ਰਚਾਰ ਦੇ ਸਿਲਸਿਲੇ 'ਚ ਪਿੰਡ ਮੌੜ ਕਲਾਂ ਪਹੁੰਚੇ ਹੋਏ ਸਨ, ਜਿੱਥੇ ਮਹਿਲਾ ਨੇ ਉਹਨਾਂ ਨੂੰ ਕਈ ਸਵਾਲ ਕੀਤੇ। ਤਸਵੀਰਾਂ ਤੁਹਾਨੂੰ ਵਿਖਾ ਰਹੇ ਜਿੱਥੇ ਕਿ ਗੁਰਮੀਤ ਸਿੰਘ ਖੁੱਡੀਆਂ ਜੋ ਬਠਿੰਡਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਚੋਣ ਪ੍ਰਚਾਰ ਦੇ ਸਿਲਸਿਲੇ 'ਚ ਪਿੰਡ ਮੌੜ ਕਲਾਂ ਪਹੁੰਚੇ ਸੀਗੇ। ਇਸ ਵਿਚਾਲੇ ਇੱਕ ਮਹਿਲਾ ਤੋਂ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਕਿ ਪੰਜਾਬ 'ਚ ਕੋਸ ਦੀ ਖੇਤੀ ਦੀ ਇਜਾਜ਼ਤ ਦਿੱਤੀ ਜਾਏ। ਮਹਿਲਾ ਨੇ ਕਿਹਾ ਕਿ ਨਸ਼ੇ ਦੀ ਪੂਰਤੀ ਦੇ ਲਈ ਰੋਜ਼ ਬੇਟਾ ਪੈਸੇ ਮੰਗਦਾ ਹੈ। ਮਹਿਲਾ ਨੇ ਕਿਹਾ ਕਿ ਚਿੱਟੇ ਦਾ ਨਸ਼ਾ ਛੱਡਣ ਲਈ ਕੁਝ ਤਾਂ ਚਾਹੀਦਾ ਹੈ, ਜਿਸ ਤੇ ਕੈਬਨਿਟ ਮੰਤਰੀ ਗੁਰਮੀਤ ਖੁੱਡੀਆਂ ਨੇ ਕਿਹਾ ਕਿ ਸਰਕਾਰ ਨਸ਼ਾ ਖਤਮ ਕਰਨ ਲਈ ਵਚਨਬੱਧ ਹੈ, ਇਸ ਤਰ੍ਹਾਂ ਪੋਸਟ ਬੀਜਣ ਦੀ ਇਜਾਜ਼ਤ ਸਰਕਾਰ ਨਹੀਂ ਦੇ ਸਕਦੀ। ਨਸ਼ਾ ਬੰਦ ਕਰਦੇ ਤੇ ਉਹ ਲਿਆ ਕੇ ਨਹੀਂ ਬੀਜੀ ਦੀ ਬੀਬੀ ਆਏ ਫਿਰ ਉਹ ਉੱਧਰ ਲੱਗ 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 ਜਾਂਦੇ ਚੀਨਾ ਨੇ ਰਾਤ ਦੀ ਗੱਲ ਆ, ਦਾਰੂ ਨਾਲ ਡੱਕ ਕੇ ਸੁਦੇ ਟਰੈਕਟਰ ਸੁਦੇ ਟਰਾਲੀ ਤੇ ਉਹ ਚ ਡਿੱਗ ਪਿਆ ਸੂਏ ਚ, ਅੱਜ ਮੇਰਾ ਪੁੱਤ ਮਰ ਜਾਂਦਾ ਮੈਂ ਕਿੱਥੋਂ ਲੈ ਕੇ ਆਉਂ? ਬੇਬੇ ਸੰਭਾਲ ਕੇ ਤੁਸੀਂ ਦਾ ਕੰਮ ਦੇ ਲਓ ਉਹਨੂੰ, 10 ਦਿਨ ਘਰੇ ਬਿਠਾਓ। ਕਿਥੋਂ ਕਰਵਾਵਾਂ ਮੈਂ ਕੰਮ? ਕੰਮ ਚੰਗਾ ਕੇ ਜਾਣ ਚੰਗੀ ਦੱਸੋ ਤੁਸੀਂ ਇਸ ਗੱਲ ਨੂੰ। ਅੱਗੇ ਵਧਾਂਗੇ ਤੇ ਗੱਲ ਕਰਾਂਗੇ ਕਾਂਗਰਸ ਵਿਧਾਇਕ ਪ੍ਰਗਟ ਸਿੰਘ ਦੀ, ਜਿਨ੍ਹਾਂ ਦੇ ਵੱਲੋਂ ਇੱਕ ਵੱਡਾ ਬਿਆਨ, ਇੱਕ ਵੱਡੀ ਸਟੇਟਮੈਂਟ ਦਿੱਤੀ ਗਈ ਹੈ। ਪ੍ਰਗਟ ਸਿੰਘ ਨੇ ਕਿਹਾ ਕਿ ਪੰਜਾਬ 'ਚ 7 ਤੋਂ 8 ਸੀਟਾਂ ਜਿੱਤੇਗੀ ਕਾਂਗਰਸ। 13 ਸੀਟਾਂ ਦੇ ਸਵਾਲ ਤੇ ਉਹਨਾਂ ਨੇ ਕਿਹਾ ਕਿ ਜੋ ਲੱਗ ਰਿਹਾ ਉਹੀ ਬੋਲਣਾ ਚਾਹੀਦਾ। ਆਪ ਨਾਲ ਅਲਾਇੰਸ ਦੇ ਸਵਾਲ ਤੇ ਵੀ ਪ੍ਰਗਟ ਸਿੰਘ ਨੇ ਕਿਹਾ ਹੈ ਕਿ
ਪੰਜਾਬ ਦੇ ਸਾਡੇ ਕੁਝ ਲੀਡਰ ਆਮ ਆਦਮੀ ਪਾਰਟੀ ਦੇ ਨਾਲ ਗਠਜੋੜ ਚਾਹੁੰਦੇ ਸੀ, ਪਰ ਅਸੀਂ ਆਪ ਦੇ ਨਾਲ ਗਠਜੋੜ ਨਹੀਂ ਹੋਣ ਦਿੱਤਾ। ਬਿੱਟੂ ਤੇ ਚੱਬੇਵਾਲ ਤੇ ਵੀ ਉਹਨਾਂ ਨੇ ਟਿੱਪਣੀ ਕੀਤੀ ਤੇ ਕਿਹਾ ਕਿ ਬਿੱਟੂ ਤੇ ਚੱਬੇਵਾਲ ਈਡੀ ਤੇ ਵਿਜੀਲੈਂਸ ਤੋਂ ਡਰ ਗਏ। ਕਾਂਗਰਸ ਅੱਜ ਮੈਨੂੰ ਲੱਗਦਾ ਕਿ ਸਾਡੀ ਮੇਜਰ ਜਿਹੜੇ ਆ ਉਹ 8-10 ਸੀਟਾਂ ਤੱਕ ਵੀ ਜਿਹੜਾ ਉਹ ਕਾਂਗਰਸ ਆ ਸਕਦੀ ਹੈ। 8-10 13 ਨਹੀਂ ਤੁਸੀਂ ਕਹਿ ਰਹੇ ਹੋ? ਦੇਖੋ ਜੇ ਰੀਅਲਿਸਟਿਕਲੀ ਦੇਖਿਆ ਜਾਵੇ, ਕਿਉਂਕਿ ਕੱਲ੍ਹ ਦਾ ਕੁਛ ਪਤਾ ਨਹੀਂ ਹੈ, ਕਿਉਂਕਿ ਇੱਕ ਮਹੀਨੇ 'ਚ ਮੈਨੂੰ ਤਾਂ ਐਂ ਵੀ ਲੱਗਦਾ ਹੁੰਦਾ ਕਈ ਵਾਰੀ ਨਾ ਲਾਸਟ ਮਿੰਟਾਂ ਦੇ ਵਿੱਚ ਵੀ ਗੋਲ ਗੋਲ ਕਈ ਇੱਧਰ ਉੱਧਰ ਹੋ ਵੀ ਜਾਂਦੇ। ਤੁਸੀਂ ਕਿਹਾ ਕਿ ਆਮ ਆਦਮੀ ਪਾਰਟੀ ਬੀਜੇਪੀ ਦੀ ਬੀ ਟੀਮ ਹੈ, ਪੰਜਾਬ 'ਚ ਗਠਬੰਧਨ ਨਹੀਂ ਹੋਇਆ, ਲੇਕਿਨ ਜਦੋਂ ਇੰਡੀ ਅਲਾਇੰਸ ਦੀ ਗੱਲ ਆਉਂਦੀ ਉੱਥੇ ਫਿਰ ਇਕੱਠੇ ਨੇ। ਇਹ ਤੁਹਾਨੂੰ ਲੱਗਦਾ ਨਹੀਂ ਕਿ ਡਿਊਲ ਪੋਲੀਟਿਕਸ? ਨਹੀਂ, ਡਿਊਲ ਪੋਲੀਟਿਕਸ ਦੇਖੋ ਹੋ ਸਕਦਾ ਵੀ ਇਹ ਵੱਡੇ ਸੰਦਰਭ ਦੇ ਵਿੱਚ ਇਹੋ ਜਿਹਾ ਹੋਇਆ ਹੋਵੇ, ਲੇਕਿਨ ਪੰਜਾਬ ਲਈ ਅਸੀਂ ਬੜੇ ਕਲੀਅਰ ਹਾਂ ਔਰ ਇਹ ਸਾਡੀ ਰੈਜ਼ਿਸਟੈਂਸ ਹੀ ਸੀ ਜਿਹੜੀ ਪੰਜਾਬ ਦੇ ਵਿੱਚ ਅਲਾਇੰਸ ਨਹੀਂ ਹੋਈ, ਕਿਉਂਕਿ ਕਈ ਲੀਡਰ ਇਹੋ ਜਿਹੇ ਸੀਗੇ ਜਿਹੜੇ ਪੰਜਾਬ ਦੇ ਵਿੱਚ ਵੀ ਅਲਾਇੰਸ ਕਰਨਾ ਚਾਹੁੰਦੇ ਸੀ ਕਾਂਗਰਸ ਦੇ ਸੀਗੇ, ਹਾਂ ਡੈਫੀਨੇਟਲੀ ਸੀਗੇ, ਪਰ ਉਹ ਅਸੀਂ ਨਹੀਂ ਹੋਣ ਦਿੱਤੀ। ਉਹਦਾ ਸਿੰਪਲ ਕਾਰਨ ਇਹ ਸੀ ਕਿ ਜੇ ਓਪੋਜੀਸ਼ਨ ਅਤੇ ਜਿਹੜੀ ਸਰਕਾਰ ਆ ਉਹ ਜੇ ਇਕੱਠੀ ਹੋ ਜਾਵੇ, ਜਿਹੜੀ ਕਿ ਪਿਛਲੇ 2 ਸਾਲਾਂ ਦੀ ਕਾਰਗੁਜ਼ਾਰੀ ਇੰਨੀ ਆਮ ਆਦਮੀ ਪਾਰਟੀ ਦੀ ਮਾੜੀ ਆ, ਅਤੇ ਮੈਨੂੰ ਲੱਗਦਾ ਫਿਰ ਸਾਡਾ ਕੋਈ ਫੇਸ ਵੈਲਿਊ ਰਹਿਣੀ ਨਹੀਂ ਹੈ। ਤੁਸੀਂ ਕਾਂਗਰਸ 'ਚ ਰਹੋਗੇ? ਨਹੀਂ, ਕਿਉਂ? ਮੈਨੂੰ ਕੋਈ ਪ੍ਰੋਬਲਮ ਹੈ? ਮੈਂ ਦੇਖੋ ਮੈਂ ਜਿਹੜੀ ਲੌਜਿਕ ਦੀ ਲੜਾਈ ਲੜਦਾ ਅੱਜ ਤੱਕ, ਮੈਂ ਉਹਦੇ ਨਾਲੋਂ, ਕਿਉਂਕਿ ਜੇ ਕੋਈ ਪ੍ਰੋਬਲਮ ਹੋਵੇ ਮੈਂ ਘਰ ਬਹਿਣਾ ਪਸੰਦ ਕਰੂੰਗਾ। ਇਨਸਟੈਡ ਕੀ ਯਾਰ ਆਹ ਕਰ ਕੀ ਰਹੇ ਆ, ਮਤਲਬ ਬਿੱਟੂ ਮੇਰਾ ਖਿਆਲ 3 ਵਾਰੀ MP, ਇੰਨੀ ਲਗੇਸੀ, ਗੱਲ ਕੀ ਸੀਗੀ ਵੀ ਇੱਕ ਸਰਵੇ ਕਰਾਇਆ ਪਰਸਨਲ, ਉਹਦੇ ਵਿੱਚ ਤੀਜਾ ਆਉਂਦਾ ਸੀ। ਆ ਚੱਬੇਵਾਲ 2 ਵਾਰੀ ਦਾ MLA, ਡਿਪਟੀ CLP, ਉਹਦੇ ਤੋਂ ਬਾਅਦ ਅਸਲੀ ਗੱਲ ਹੈ ਜੋ ED ਅਤੇ CBI ਦਿੱਲੀ ਕਰਦੇ ਆ ਨਾ, ਪੰਜਾਬ ਦੇ ਵਿੱਚ ਵਿਜੀਲੈਂਸ ਵੀ ਇਹੀ ਕੰਮ ਕਰਦੀ ਆ, ਲੇਕਿਨ ਇਹਨਾਂ ਲੀਡਰਾਂ ਨੂੰ ਖੰਡ ਦੀ ਜ਼ਰੂਰਤ ਆ ਜੇ ਫਿਰ ਇੱਦਾਂ ਦੀ। ਚਾਹੂੰਗਾ ਕਿ ਉਹ ਡਿਟੇਲ ਮੈਂ ਪੂਰੀ ਚਰਚਾ ਕਰੇ। ਸੋਮੀ ਸਾਹਿਬ ਹੈ ਵਾਹਿਗੁਰੂ ਜਿਲ੍ਹਾ ਜੀ ਦੇ ਸਮਰਥਨ ਮੈਂ ਅੱਜ ਪੂਰੇ ਅੰਮ੍ਰਿਤਸਰ ਲੋਕ ਸਭਾ ਕੇ ਸਭੀ ਸਾਥੀ ਯਹਾਂ ਪਰ ਉਪਸਥਿਤ ਹੈ, ਉਨ੍ਹੀਂ ਸਭ ਕੀ ਸਵਾਗਤ ਕਰਤਾ ਹੂੰ, ਰਿਲੀਜ਼ ਕਰਨਾ ਚੈੱਕ ਕਰਵਾ ਦੇ ਜਦੋਂ। ਬਹੁਤ ਹੀ ਪਰਮ ਸਤਿਕਾਰਯੋਗ ਯਾਦਵ ਸਾਹਿਬ, ਸਾਡੇ ਜਨਰਲ ਸੈਕਟਰੀ ਇੰਚਾਰਜ ਪੰਜਾਬ, ਮੇਰੇ ਭਾਈ ਓਮ ਪ੍ਰਕਾਸ਼ ਸੋਨੀ ਜੀ, ਫਾਰਮਰ ਡੈਪਟੀ ਚੀਫ ਮਿਨਿਸਟਰ ਪੰਜਾਬ, ਛੋਟੇ ਭਾਈ ਸਰ ਗੁਰਜੀਤ ਸਿੰਘ ਔਜਲਾ ਸਾਹਿਬ, ਜਿਹੜੇ 3ਰੀ ਦਫਾ ਗੁਰੂ ਮਹਾਰਾਜ ਸਾਹਿਬ ਦੀ ਅਪਾਰ ਕਿਰਪਾ ਦੇ ਨਾਲ ਇਸ ਗੁਰੂ ਦੀ ਨਗਰੀ ਨੂੰ ਤੁਹਾਡੇ ਸਾਰਿਆਂ ਦੇ ਆਸ਼ੀਰਵਾਦ ਨਾਲ ਇੱਕ ਵਾਰ ਫਿਰ ਰਿਪ੍ਰੈਜੈਂਟ ਕਰ ਰਹੇ ਨੇ ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਐਜ਼ ਅ ਮੈਂਬਰ ਆਫ ਪਾਰਲੀਮੈਂਟ। ਸਟੇਜ ਉੱਤੇ ਬਿਰਾਜਮਾਨ ਸਰ ਜਸਬੀਰ ਸਿੰਘ ਡਿੰਪਾ ਜੀ, ਸਾਡੇ ਫਾਰਮਰ ਮੈਂਬਰ ਆਫ ਪਾਰਲੀਮੈਂਟ ਖਡੂਰ ਸਾਹਿਬ, ਦੱਤੀ ਸਾਹਿਬ, ਸੋਰੀ ਆ ਮਾਫ਼ੀ ਦੇ ਦਿਓ ਜੀ ਸਾਡੇ ਵਾਸਤੇ, ਅਤੇ ਅਗਲੇ 40 ਸਾਲ ਹੋ ਤੁਸੀਂ 4 ਦਿਨ ਤੇ ਛੱਡ ਹੀ ਲਓ, ਸਾਡੇ ਦਿਲ ਦੇ ਵਿੱਚ ਤੁਸੀਂ MP ਹੀ ਰਹਿਣਾ, ਬਟ ਕਿਉਂਕਿ ਇਸ ਟਾਈਮ ਠੀਕ ਹੈ ਮੇਰੇ ਕੋਲ ਟੈਕਨੀਕਲ ਗਲਤੀ ਹੋਈ ਹੈ, ਮੈਂ ਮਾਫ਼ੀ ਮੰਗਦਾ ਉਸਦੀ,
ਦੱਤੀ ਸਾਹਿਬ ਸਾਡੇ ਫਾਰਮਰ ਮੇਅਰ, ਐਕਸ ਐਮ ਐਲ ਏ ਸਾਹਿਬ ਜੁਗਲ ਕਿਸ਼ਾਰ ਸ਼ਰਮਾ ਸਾਹਿਬ, ਸਾਡੇ ਵੈਟਰਨ ਕਾਂਗਰਸ ਲੀਡਰ, ਫਾਰਮਰ ਪ੍ਰਧਾਨ ਸਾਹਿਬ, ਨਾਲ ਹੀ ਰਾਜਕੁਮਾਰ ਵੀਰਕਾ ਜੀ, ਸਾਡੇ ਬਹੁਤ ਹੀ ਨਜ਼ਦੀਕੀ ਅਤੇ ਸੀਨੀਅਰ ਕਾਂਗਰਸ ਦੇ ਸਾਡੇ ਲੀਡਰ ਫਾਰਮਰ ਮਿਨਿਸਟਰ ਸਾਹਿਬ, ਖੱਬੇ ਦੇ ਸਰ ਹਰਪ੍ਰਤਾਪ ਸਿੰਘ ਅਜਨਾਲਾ ਸਾਹਿਬ, ਮੇਰੇ ਵੱਡੇ ਭਾਈ ਨੇ, ਮੇਰੇ ਸੀਨੀਅਰ ਨੇ, ਸਕੂਲ ਤੋਂ ਬਿਹਤਰੀਨ ਕੰਮ ਕਰ ਰਹੇ ਨੇ ਕਾਂਗਰਸ ਵਾਸਤੇ, ਸਾਡੇ ਰੂਰਲ ਅੰਮ੍ਰਿਤਸਰ ਦੇ ਪ੍ਰਧਾਨ ਵੀ ਨੇ, ਪੱਪੂ ਜੀ ਸਾਰੇ ਤੁਸੀਂ ਜਾਣਦੇ ਹੋ, ਸਾਡੇ ਬਹੁਤ ਤਗੜੇ ਸ਼ਹਿਰੀ ਪ੍ਰਧਾਨ ਨੇ, ਸੱਚਰ ਸਾਹਿਬ ਜਿਹੜੇ ਨੁਮਾਇੰਦਗੀ ਕਰਦੇ ਨੇ ਸਾਡੀ ਪਾਰਟੀ ਦੀ, ਨਾਲ ਹੀ ਬੱਬੀ ਜੀ, ਟੀਟੂ ਢਿੰਗਰਾ ਸਾਹਿਬ, ਸਰਕਾਰੀਆ ਸਾਹਿਬ, ਅਜੇਪਾਲ ਡੀ ਐਮ ਓ ਸਾਹਿਬ, ਸੰਜੀਵ ਜੀ, ਸਾਡਾ ਵਿਕਾਸ ਸੋਨੀ ਸਾਹਿਬ, ਅਤੇ ਮੇਰੀ ਸਾਰੇ ਹੀ ਪਿਆਰੀ ਪ੍ਰੈਸ ਜਿੰਨੀ ਇੱਥੇ ਬੈਠੀ ਹੈ। ਇਹ ਮੇਰਾ ਆਪਣਾ ਸ਼ਹਿਰ ਹੈ, ਮੇਰਾ ਆਪਣਾ ਏਰੀਆ ਹੈ। ਅੱਜ ਸਾਰੇ ਇਕੱਠੇ ਹੋ ਕੇ ਅਸੀਂ ਆਪਣਾ ਵਿਜ਼ਨ ਡਾਕੂਮੈਂਟ ਵੀ ਅੰਮ੍ਰਿਤਸਰ ਦਾ ਜਿਹੜਾ ਹੈ ਉਹ ਰਿਲੀਜ਼ ਕਰਾਂਗੇ। ਸਾਹਿਬ ਗੁਰਜੀਤ ਸਿੰਘ ਔਜਲਾ ਸਾਹਿਬ ਨੇ ਉਹ ਵਿਜ਼ਨ ਡਾਕੂਮੈਂਟ ਤਿਆਰ ਕੀਤਾ, ਪਰਮਾਤਮਾ ਨੇ ਮਿਹਰ ਕੀਤੀ। ਜਿਸ ਕਿਸਮ ਦਾ ਸੰਕੇਤ ਸਾਰੇ ਹਿੰਦੁਸਤਾਨ ਚੱਲ ਰਹੇ, ਜਿਸ ਕਿਸਮ ਦੇ ਹਾਲਾਤ ਬਣ ਰਹੇ, ਜਿਸ ਕਿਸਮ ਦੇ ਵਿਊਜ਼ ਇਸ ਟਾਈਮ ਪ੍ਰਧਾਨ ਮੰਤਰੀ ਜੀ ਦੇ ਰਹੇ ਨੇ, ਉੱਥੋਂ ਸਾਫ਼ ਤੌਰ ਇੱਕ ਗੱਲ ਸਾਫ਼ ਹੋ ਰਹੀ ਹੈ ਕਿ ਹਿੰਦੁਸਤਾਨ ਦੇ ਨੌਜਵਾਨਾਂ ਨੇ, ਜਿਨ੍ਹਾਂ ਨੇ ਦੋ ਦਫ਼ਾ ਲਗਾਤਾਰ ਮੋਦੀ ਸਾਹਿਬ ਨੂੰ ਪ੍ਰਾਈਮ ਮਿਨਿਸਟਰ ਬਣਾਇਆ, ਸਪੈਸ਼ਲੀ ਜਿਹੜੀ ਮਿਡਲ ਕਲਾਸ ਅਤੇ ਲੋਅ ਮਿਡਲ ਕਲਾਸ ਹੈ, ਸਾਡੇ ਨੌਜਵਾਨ ਪੜ੍ਹੇ ਲਿਖੇ ਬੱਚੇ ਨੇ, ਉਹਨਾਂ ਨੇ ਐਤਕੀ ਭਾਰਤੀ ਜਨਤਾ ਪਾਰਟੀ ਅਤੇ ਉਹਨਾਂ ਦੇ ਸਾਥੀਆਂ ਨੂੰ ਬਕਾਇਦਾ ਤੌਰ ਹਿੰਦੁਸਤਾਨ ਦੇ ਵਿੱਚੋਂ ਵਿਹਲਿਆ ਕਰਨ ਦਾ ਇੱਕ ਫੈਸਲਾ ਕਰ। ਜਿਹੜੇ ਸਾਡੇ ਕੋਲ ਪਹਿਲੇ ਦੋ ਫੇਜ਼ਸ ਦੀ ਇਲੈਕਸ਼ਨਸ ਦੇ ਇੰਟਰਨਲ ਰਿਜ਼ਲਟ ਆਏ, ਉਹ ਸ਼ੋਅ ਕਰ ਰਹੇ ਨੇ ਕਿ ਬਹੁਤ ਵੱਡੇ ਪੈਮਾਨੇ 'ਤੇ ਬੀਜੇਪੀ ਪਛੜਦੀ ਜਾ ਰਹੀ ਹੈ। ਇੰਡੀਆ ਦਾ ਜਿਹੜਾ ਬਲੌਕ ਹੈ ਉਹਨੂੰ ਵੱਡੇ ਪੈਮਾਨੇ 'ਤੇ ਹਰ ਵਰਗ ਕੋਲੋਂ ਮਦਦ ਮਿਲ ਰਹੀ ਹੈ। ਇਹਦੇ ਵਿੱਚ ਦੋ ਵੱਡੇ ਕਾਰਨ, ਇੱਕ ਸਾਰ ਨੂੰ ਵੱਡਾ ਕਾਰਨ ਇਹ ਹੈ ਕਿ ਹਿੰਦੁਸਤਾਨ ਹਮੇਸ਼ਾ ਸਾਰੀਆਂ ਕੌਮਾਂ ਦੇ ਵਿੱਚ ਜਿਹੜਾ ਆਪਸੀ ਭਾਈਚਾਰਾ ਸੀ ਉਹਦੇ ਵਾਸਤੇ ਨੂਨ ਸੀ। ਇਹ ਦੇਸ਼ ਦੀ ਪਹਿਚਾਣ ਮਹਾਤਮਾ ਗਾਂਧੀ ਦੇ ਨਾਲ, ਇਸ ਦੇਸ਼ ਦੀ ਪਹਿਚਾਣ ਮਹਾਤਮਾ ਬੁੱਧ ਦੀ ਸੋਚ ਨਾਲ ਸੀ। ਜਿਸ ਕਿਸਮ ਦਾ ਵਾਤਾਵਰਨ ਹੁਣ ਬਣਿਆ, ਜਿਹਦੇ ਵਿੱਚ ਨਫ਼ਰਤ ਹੀ ਭਰੀ ਹੈ, ਲੋਕਾਂ ਨੂੰ ਡਰ ਖੌਫ ਦਾ ਮਾਹੌਲ ਪੈਦਾ ਕੀਤਾ, 75 ਸਾਲਾਂ 'ਚ ਸਾਡੇ ਦੇਸ਼ ਨੇ ਕਦੀ ਨਹੀਂ ਸੀ ਵੇਖੀ। ਨੰਬਰ 2 ਤੇ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ, ਜਿਹੜੇ ਨਿਰਮਾਤਾ ਨੇ ਹਿੰਦੁਸਤਾਨ ਦੀ ਕੌਂਸਟੀਟਿਊਸ਼ਨ ਦੇ, ਉਹਨਾਂ ਦੀ ਕੌਂਸਟੀਟਿਊਸ਼ਨ ਨੂੰ, ਉਹਨਾਂ ਦੇ ਸੰਵਿਧਾਨ ਨੂੰ ਬਦਲਣ ਦਾ ਜਿਹੜਾ ਇੱਕ ਟੀਚਾ ਹੈ RSS ਦਾ ਅਤੇ BJP ਦਾ, ਇਹਦੇ 'ਤੇ ਪਰਦਾ ਫਾਸ਼ ਹੋ ਗਿਆ। ਇਹਨਾਂ ਦੇ 3 ਵੱਡੇ ਮੈਂਬਰਸ ਆਫ ਪਾਰਲੀਮੈਂਟ ਨੇ ਅਤੇ ਮਿਨਿਸਟਰਸ ਨੇ ਵੱਖ ਵੱਖ ਸੂਬਿਆਂ ਦੇ ਵਿੱਚ ਇਹ ਗੱਲ ਕਹੀ ਕਿ ਜੇ ਸਾਨੂੰ 400 ਤੋਂ ਵੱਧ ਸੀਟ ਮਿਲ ਗਈ, ਜਿਹੜਾ ਪਹਿਲਾ ਕੰਮ ਅਸੀਂ ਕਰਨਾ ਚਾਹਾਂਗੇ ਉਹਦੇ ਵਿੱਚ ਅਸੀਂ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਦਾ ਸੰਵਿਧਾਨ ਜਿਹੜਾ ਇਹਨੂੰ ਬਦਲ ਕੇ ਇੱਕ ਨਵਾਂ ਸੰਵਿਧਾਨ ਲੈ ਕੇ ਆਵਾਂਗੇ। ਉਹਦਾ ਮਕਸਦ ਇਹ ਹੋਇਆ
ਕਿ ਜੋ ਸੰਵਿਧਾਨ ਦੇ ਥੱਲੇ ਵੱਖ ਵੱਖ ਕੌਮਾਂ ਨੂੰ ਰਿਜ਼ਰਵੇਸ਼ਨ ਤੇ ਬਾਕੀ ਰਾਈਟਸ ਮਿਲੇ ਨੇ ਉਹ ਸਾਰੇ ਹੱਕ ਹਕੂਕ ਖਤਮ ਕਰ ਦਿੱਤੇ ਜਾਣ। ਇੱਕ ਬੜੀ ਡੇਂਜਰਸ ਮੂਵ ਹੈ। ਇਸ ਤੋਂ ਵੱਡੇ ਪੈਮਾਨੇ ਤੇ ਪੰਜਾਬੀਆਂ ਨੂੰ ਬਚਣ ਦੀ ਲੋੜ ਹੈ। ਬਾਰਡਰ ਦਾ ਸਾਡਾ ਸੂਬਾ, ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਪਿਛਲੇ 10 ਸਾਲਾਂ 'ਚ ਸਾਡੀ ਜਿਹੜੀ ਪਹਿਚਾਣ ਸੀ ਪੰਜਾਬ ਦੀ, ਉਹ ਸੀ ਜੈ ਜਵਾਨ ਤੇ ਜੈ ਕਿਸਾਨ ਨਾਲ ਪਹਿਚਾਣ ਸੀ। ਜਵਾਨੀ ਦੇ ਵਿੱਚ 18 ਸਾਲ ਦੀ ਉਮਰ ਤੋਂ ਲੈ ਕੇ 35-36 ਸਾਲ ਤੱਕ 70% ਪੰਜਾਬ ਦੇ ਹਰ ਘਰ ਵਿੱਚੋਂ ਇੱਕ ਜਵਾਨ ਆਪਣੇ ਮਜ਼ਬੂਤ ਮੋਢਿਆਂ ਤੇ ਬੰਦੂਕ ਚੁੱਕਦਾ ਸੀ ਆਪਣੇ ਦੇਸ਼ ਦੀ ਰੱਖਿਆ ਵਾਸ ਤੇ 35-36 ਤੋਂ ਬਾਅਦ ਜੋ ਰਿਟਾਇਰ ਹੁੰਦਾ ਸੀ ਕੋਈ ਜਵਾਨ, ਉਹ ਫਿਰ ਹਲ ਚੁੱਕਦਾ ਸੀ ਉਹਨਾਂ ਮੋਢਿਆਂ ਤੇ ਦੇਸ਼ ਦਾ ਪੇਟ ਪਾਲਦਾ ਸੀ। ਇਹਨਾਂ ਨੇ ਪਹਿਲਾ ਕੰਮ ਕੀ ਕੀਤਾ? ਪਹਿਲੇ ਤੇ ਆਰਮੀ ਦੀ ਤੇ ਸਾਡੀ ਜਿਹੜੀ ਮਿਲਟਰੀ ਦੀਆਂ ਸਾਰੀਆਂ ਸਰਵਿਸਿਜ਼ ਨੇ ਉਹ ਡਿਸਬੈਂਡ ਕਰ ਦਿੱਤੀ, ਉਹਦੀ ਜਗ੍ਹਾ ਤੇ ਅਗਨੀਵੀਰ ਲੈਣ ਦਾ, ਆਰਮੀ ਦੀ ਭਰਤੀ ਖਤਮ ਕਰ ਦਿੱਤੀ। ਸਾਡੀ ਕਈ 100 ਸਾਲਾਂ ਤੋਂ ਲਗਾਤਾਰ ਉਹ ਪਰੰਪਰਾ ਜਿਹੜੀ ਉਹਨੂੰ ਖਤਮ ਕਰ ਦਿੱਤਾ। ਦੂਸਰੇ ਪਾਸੇ ਸਾਡੇ ਕਿਸਾਨਾਂ ਨਾਲ ਜਿਹੜਾ ਵਾਅਦਾ ਕੀਤਾ ਗਿਆ ਸੀ ਕਿ ਇਹਨਾਂ ਨੇ ਮੋਦੀ ਸਾਹਿਬ ਨੇ ਕਿ ਤੁਹਾਡੀ ਇਨਕਮ ਮੈਂ ਡਬਲ ਕਰਾਂਗਾ, ਤੁਸੀਂ ਮੇਰੀ ਸਰਕਾਰ ਲੈ ਕੇ ਆਓ 10 ਸਾਲ ਤੋਂ ਬਾਅਦ। ਇਨਕਮ ਤੇ ਡਬਲ ਕੀ ਹੋਣੀ ਸੀ? ਕੋਈ 10 ਮਿੰਟ ਦਾ ਵੀ ਵਕਤ ਮੋਦੀ ਸਾਹਿਬ ਨੇ ਕਿਸਾਨਾਂ ਨੂੰ ਜਿਹੜੇ ਲਗਾਤਾਰ 11-12 ਮਹੀਨੇ ਦਿੱਲੀ ਦੇ ਬਾਰਡਰਾਂ ਤੇ ਬੈਠੇ ਰਹੇ, 700 ਤੋਂ ਵੱਧ ਸ਼ਹਾਦਤਾਂ ਹੋਈ। ਮੋਦੀ ਸਾਹਿਬ ਨੇ ਇਹ ਵੀ ਨਹੀਂ ਸੋਚਿਆ ਕਿ ਮੈਂ ਪ੍ਰਧਾਨ ਮੰਤਰੀ ਹਾਂ ਦੇਸ਼ ਦਾ, ਮੈਂ 10 ਮਿੰਟ ਵੀ ਜਾਂ ਖੁਦ ਬਾਰਡਰ ਤੇ ਚਲੇ ਜਾਵਾਂ ਜਾਂ ਉਹਨਾਂ ਨੂੰ ਇੱਕ ਵਫਦ ਨੂੰ ਆਪਣੇ ਕੋਲ ਬੁਲਾ ਕੇ ਉਹਨਾਂ ਦੀ ਗੱਲ ਸੁਣ ਸਕਾਂ ਕਿ ਤੁਸੀਂ ਦੱਸੋ ਇਹ 4 ਕਾਲੇ ਕਾਨੂੰਨ ਜਿਹੜੇ ਮੈਂ ਲੈ ਕੇ ਆਉਂਦੇ ਨੇ ਤੁਹਾਨੂੰ ਕਿਹੜੀ ਇਹਦੇ ਤੇ ਕਿਹੜੀ ਵਿਸ਼ੇਸ਼ ਪ੍ਰੋਬਲਮ ਇਹਨਾਂ ਤੇ ਕੀ। ਤੁਹਾਨੂੰ ਯਾਦ ਹੋਏਗਾ ਤੁਹਾਡਾ ਦਾਸ ਰਾਜ ਸਭਾ ਦਾ ਮੈਂਬਰ ਸੀ, ਰਾਜ ਸਭਾ ਦੇ ਮੇਜ਼ ਤੇ ਖੜੇ ਹੋ ਕੇ ਮੈਨੂੰ ਉੱਥੋਂ ਦੇ ਜਿਹੜੇ ਕਾਗਜ਼ ਸਨ ਉੱਥੇ ਪਈ ਇੱਕ ਫਾਈਲ ਉਹ ਚੁੱਕ ਕੇ ਵਾਈਸ ਪ੍ਰੈਜੀਡੈਂਟ ਆਫ ਇੰਡੀਆ ਦੀ ਕੁਰਸੀ ਤੇ ਮਾਰਨੀ ਪਈ ਸੀ। ਜਦੋਂ ਅਸੀਂ ਵੇਖਿਆ ਸੀ ਕਿ 15 ਦਿਨ ਲਗਾਤਾਰ ਅਸੀਂ ਬਹਿਸ ਮੰਗਦੇ ਰਹੇ ਕਿ ਕਾਲੇ ਕਾਨੂੰਨਾਂ ਤੇ ਬਹਿਸ ਕੀਤੀ ਜਾਏ, ਇਹ ਸਰਕਾਰ ਬਹਿਸ ਕਰਨ ਨੂੰ ਤਿਆਰ ਨਹੀਂ ਸੀ। ਮੈਂ ਦਾਤ ਦੇਣਾ ਚਾਹਾਂਗਾ ਸਾਹਿਬ ਗੁਰਜੀਤ ਸਿੰਘ ਨੂੰ, ਔਜਲਾ ਸਾਹਿਬ ਨੂੰ, ਲਗਾਤਾਰ ਕਈ ਮਹੀਨੇ ਆਪਣੇ ਕੁਝ ਸਾਥੀਆਂ ਦੇ ਨਾਲ ਜੰਤਰ ਮੰਤਰ ਤੇ, ਸਾਹ ਜਸਵੀਰ ਸਿੰਘ ਵੀ ਉਹਦੇ ਵਿੱਚ ਸਨ, ਡਿੰਪਾ ਸਾਹਿਬ ਤੇ, ਤਕਰੀਬਨ 8-9 ਮਹੀਨੇ। ਪੰਜਾਬ ਬਚਾ ਲੋ, ਉੱਠੋ ਸ਼ੇਰ ਪੰਜਾਬੀਓ ਪੰਜਾਬ।